ਪੰਜਾਬ ਦੇ ਛੋਟੇ ਜਿਹੇ ਸ਼ਹਿਰ ਬੁਢਲਾਡੇ ਦੇ ਕੈਪਟਨ ਕੁਲਭੂਸ਼ਣ ਕੁਮਾਰ ਗੋੜ, ਜਿਨ੍ਹਾਂ ਨੂੰ ਅਸੀਂ ਕੈਪਟਨ ਕੇਕੇ ਗੋੜ ਦੇ ਨਾਮ ਨਾਲ ਜਾਣਦੇ ਹਾਂ, ਉਹਨਾਂ ਨੇ 1971 ਦੀ ਭਾਰਤ ਪਾਕ ਜੰਗ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਆਪਣਾ, ਆਪਣੇ ਪਰਿਵਾਰ ਦਾ ਤੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ। ਇਹਨਾਂ ਦਾ ਜਨਮ ਸ਼੍ਰੀ ਰਾਮ ਪ੍ਰਕਾਸ਼ ਜੀ ਤੇ ਮਾਤਾ ਸੱਤਿਆ ਦੇਵੀ ਦੇ ਘਰ 10 ਦਸੰਬਰ 1947 ਨੂੰ ਹੋਇਆ। ਇਹਨਾਂ ਦੇ ਪਿਤਾ ਜੀ ਇੱਕ ਸਤਿਕਾਰਤ ਅਧਿਆਪਕ ਸਨ। ਕੈਪਟਨ ਕੇਕੇ ਗੋੜ ਜੀ ਨੇ ਆਪਣੀ ਪ੍ਰਾਇਮਰੀ ਸਿੱਖਿਆ ਪਿੰਡ ਪੱਕਾ ਕਲਾਂ ਦੇ ਪ੍ਰਾਇਮਰੀ ਸਕੂਲ ਚੋਂ ਪ੍ਰਾਪਤ ਕੀਤੀ ਤੇ ਮੈਟ੍ਰਿਕ ਬੁਢਲਾਡਾ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। ਇਹ ਇੱਕ ਚੰਗੇ ਲਿਖਾਰੀ ਤੇ ਵਧੀਆ ਖਿਡਾਰੀ ਵੀ ਸੀ। ਇਹਨਾਂ ਦੇ ਦਿਲ ਵਿੱਚ ਦੇਸ਼ ਸੇਵਾ ਦਾ ਬਹੁਤ ਜਜ਼ਬਾ ਸੀ। ਜਦੋਂ ਫੌਜ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਇਹਨਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਵਿੱਚੋਂ ਛੱਡ ਕੇ 10 ਅਗਸਤ 1968 ਨੂੰ ਭਾਰਤੀ ਫੌਜ ਵਿੱਚ ਬਤੌਰ ਸੈਕਿੰਡ ਲੈਫਟੀਨੈਂਟ ਭਰਤੀ ਹੋ ਗਏ। 15 ਜੂਨ 1969 ਨੂੰ ਇਹਨਾਂ ਨੂੰ ਕਮਿਸ਼ਨ ਮਿਲਿਆ ਤੇ 26 ਜੂਨ 1969 ਨੂੰ ਇਹਨਾਂ ਨੇ ਪਹਿਲੀ ਗੋਰਖਾ ਰਾਈਫਲਸ ਬਟਾਲੀਅਨ ਜੁਆਇਨ ਕੀਤੀ। ਅਗਸਤ 1971 ਵਿੱਚ ਇਹਨਾਂ ਨੂੰ ਕੈਪਟਨ ਦੇ ਰੈਂਕ ਤੇ ਪ੍ਰਮੋਸ਼ਨ ਮਿਲੀ ਤੇ ਇੰਟੈਲੀਜੈਂਸ ਆਫਿਸਰ ਦੇ ਅਹੁਦੇ ਤੇ ਕੰਮ ਕਰਨ ਲੱਗੇ। ਪੂਰਵੀ ਪਾਕਿਸਤਾਨ, ਜਿਸ ਨੂੰ ਹੁਣ ਬੰਗਲਾਦੇਸ਼ ਕਿਹਾ ਜਾਂਦਾ ਹੈ, ਦੀ 1971 ਦੀ ਆਜ਼ਾਦੀ ਦੀ ਲੜਾਈ ਵਿੱਚ ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਕਰ ਦਿੱਤਾ ਸੀ। ਉਸ ਸਮੇਂ ਕੈਪਟਨ ਕੇਕੇ ਗੋੜ ਜੀ ਭਾਰਤ ਦੀ ਪੂਰਵੀ ਸਰਹੱਦ ਤੇ ਤਾਇਨਾਤ ਸੀ। 4 ਦਸੰਬਰ 1971 ਨੂੰ ਇਹਨਾਂ ਨੇ ਦੁਸ਼ਮਣ ਦੇ ਕਬਜ਼ੇ ਵਾਲੀਆਂ 4 ਚੌਕੀਆਂ ਜਿੱਤ ਲਈਆਂ ਸੀ ਤੇ ਜਦੋਂ 5ਵੀਂ ਚੌਕੀ ਜਿੱਤਣ ਲਈ ਅੱਗੇ ਵਧੇ ਤਾਂ ਦੁਸ਼ਮਣਾਂ ਨੇ ਬਹੁਤ ਭਾਰੀ ਗੋਲਾਬਾਰੀ ਕਰ ਦਿੱਤੀ, ਜਿਸ ਕਾਰਨ ਕੈਪਟਨ ਕੇਕੇ ਗੋੜ ਜੀ ਸ਼ਹੀਦ ਹੋ ਗਏ ਤੇ ਸਦਾ ਲਈ ਅਮਰ ਹੋ ਗਏ। ਭਾਰਤ ਮਾਂ ਦੇ ਇਸ ਵੀਰ ਸਪੂਤ ਦੀ ਬਲੀਦਾਨ ਦੀ ਖਬਰ ਸੁਣ ਕੇ ਸਾਰਾ ਇਲਾਕਾ ਸ਼ੋਕਗੁਲ ਹੋ ਗਿਆ। ਇਹਨਾਂ ਦੇ ਇਸ ਮਹਾਨ ਬਲੀਦਾਨ ਤੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਵੀ ਪੱਤਰ ਲਿਖ ਕੇ ਅਫਸੋਸ ਪ੍ਰਗਟ ਕੀਤਾ। ਇਹਨਾਂ ਦੀ ਕੁਰਬਾਨੀ ਅੱਜ ਵੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਇਹਨਾਂ ਦੀ ਯਾਦ ਵਿੱਚ ਬੁਢਲਾਡਾ ਸ਼ਹਿਰ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਇਹਦੇ ਨਾਲ ਹੀ ਇਹਨਾਂ ਦੀ ਯਾਦ ਵਿੱਚ ਇੱਕ ਮਿਊਨਸੀਪਲ ਪਾਰਕ ਵੀ ਬਣਿਆ ਹੋਇਆ ਹੈ। ਅਮਰ ਸ਼ਹੀਦ ਕੈਪਟਨ ਕੇਕੇ ਗੋੜ ਜੀ ਅੱਜ ਵੀ ਇਲਾਕਾ ਵਾਸੀਆਂ ਦੇ ਦਿਲਾਂ ਵਿੱਚ ਧੜਕਦੇ ਨੇ। ਇਹਨਾਂ ਦੇ ਜਨਮ ਦਿਵਸ ਤੇ ਸ਼ਹੀਦੀ ਦਿਵਸ ਮੌਕੇ ਹਰ ਸਾਲ ਇਲਾਕਾ ਵਾਸੀਆਂ ਵੱਲੋਂ ਇਹਨਾਂ ਦੀ ਯਾਦਗਾਰ ਤੇ ਸ਼ਰਧਾ ਸੁਮਨ ਭੇਟ ਕੀਤੇ ਜਾਂਦੇ ਨੇ ਤੇ ਇਸ ਮਹਾਨ ਸ਼ਹੀਦ ਨੂੰ ਯਾਦ ਕੀਤਾ ਜਾਂਦਾ ਹੈ।